ਦੇਖਣ ਜਾਈਏ ਤਾਂ ਬਹੁਤ ਚੰਗਾ ਵਧੀਆ ਸਵਾਦ ਅਤੇ ਵਧੀਆ ਚੀਜ਼ ਦਿੰਦੇ ਨੇ। ਸਰ ਇਹਨਾਂ ਨੂੰ ਮੈਂ 15 ਦਿਨ ਦੀ ਐਸੀ ਗਰੰਟੀ ਦਿੱਤੀ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ, ਔਨਲਾਈਨ ਗੱਲ ਕਰ ਰਹੇ ਹਾਂ, ਬਿਲਕੁਲ ਰੂਬਰੂ ਹੋ ਕੇ ਦਰਸ਼ਕਾਂ ਦੇ ਗੱਲ ਕਰ ਰਿਹਾ, ਠੀਕ ਹੈ। ਉਸ ਤੋਂ ਬਾਬਾ ਜੀ ਆਏ ਸੀ, ਭਾਈ ਧਰਮ ਸਿੰਘ ਜੀ ਧੰਗੇੜਾ ਸਾਹਿਬ ਪਾਤਸ਼ਾਹੀ ਨੌਵੀਂ ਹਜੂਰੀ ਜੱਥਾ ਇਹਨਾਂ ਦਾ ਧੰਗੇੜਾ ਸਾਹਿਬ ਤੋਂ ਆਏ ਨੇ ਜੀ। ਔਰ ਇਹਨਾਂ ਨੇ ਮੇਰੇ ਕੋਲ ਇੱਕੋ ਹੀ ਗੱਲ ਕਹੀ ਆ ਕਿ ਮੈਂ ਬਹੁਤ ਵਿਸ਼ਵਾਸ ਕਰਦਾ ਤੁਹਾਡੇ 'ਤੇ ਕਿ ਬਹੁਤ ਦੂਰੋਂ ਆਇਆ ਮੈਂ, ਮਤਲਬ ਕਿ ਨਾਭੇ ਕੋਲ ਆ, ਨਾਭੇ ਕੋਲ ਹੈ ਜੀ, ਔਰ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ। ਪਹਿਲੀ ਗੱਲ ਤਾਂ ਰੱਬ ਦੇ ਬੰਦੇ ਨੇ ਹਾਂ ਜੀ, ਔਰ ਇਹਨਾਂ ਨੂੰ ਦਿੱਤਾ ਮੈਂ ਆਪਣੇ ਕੋਲੋਂ ਬਹੁਤ ਹੀ ਵਧੀਆ ਸੈੱਟ, ਇਹਨਾਂ ਨੂੰ ਆਈਫੋਨ 13 Pro ਦਿੱਤਾ ਜੀ, 256 GB ਦੇ ਵਿੱਚ ਬਹੁਤ ਸ਼ਾਨਦਾਰ ਇਹਨਾਂ ਨੂੰ ਕੰਡੀਸ਼ਨ ਵਾਲਾ ਫੋਨ ਦਿੱਤਾ। ਔਰ ਨਾਲ ਇਹਨਾਂ ਨੂੰ ਮੈਂ 15 ਦਿਨ ਦੀ ਐਸੀ ਗਰੰਟੀ ਦਿੱਤੀ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ, ਅੱਬਲਾ ਤਾਂ ਚਾਹੇ ਸਾਲ 'ਚ ਵੀ ਤੁਹਾਨੂੰ ਕੋਈ ਹੋ ਗਏ ਨਾ ਕਿ ਖੁੱਲਿਆ ਹੋਇਆ ਜਾਂ ਕੁਛ ਹੋਇਆ, ਤਾਂ ਮੇਰੀ ਜ਼ਿੰਮੇਵਾਰੀ ਆ ਕਿ ਅਗਰ ਮੈਨੂੰ ਸਾਲ 'ਚ ਵੀ ਤੁਸੀਂ ਚੈਲੰਜ ਕਰ ਸਕਦੇ ਹੋ। ਬਾਕੀ 15 ਦਿਨ ਦੀ ਤਾਂ ਵੈਸੇ ਹੀ ਮੈਂ ਇਹਨਾਂ ਨੂੰ ਗਰੰਟੀ ਦਿੱਤੀ ਕਿ 15 ਦਿਨ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਮੈਨੂੰ ਵਾਪਸ ਕਰ ਦਿਓ। ਮੈਂ ਔਨਲਾਈਨ ਗੱਲ ਕਰ ਰਿਹਾ, ਬਿਲਕੁਲ ਰੂਬਰੂ ਹੋ ਕੇ ਦਰਸ਼ਕਾਂ ਦੇ ਗੱਲ ਕਰ ਰਿਹਾ, ਠੀਕ ਹੈ। ਔਰ ਬਾਕੀ ਇਹਨਾਂ ਦਾ ਬਹੁਤ ਵਧੀਆ ਸੁਭਾਅ ਬਾਬਾ ਜੀ ਦਾ, ਇਹਨਾਂ ਨਾਲ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਬਾਕੀ ਇਹਨਾਂ ਤੋਂ ਵੀ ਪੁੱਛਾਂਗੇ ਕਿਵੇਂ ਲੱਗਿਆ, ਇੰਨੀ ਦੂਰ ਆਏ ਨੇ, ਸੰਗਰੂਰ ਨੇੜੇ ਆ ਇਹਨਾਂ ਦੇ, ਸੰਗਰੂਰ ਇੰਨੀਆਂ ਦੁਕਾਨਾਂ ਨੇ, ਵਧੀਆ ਵਧੀਆ ਮਸ਼ਹੂਰ ਦੁਕਾਨਾਂ ਨੇ, ਪਟਿਆਲਾ ਨੇੜੇ ਆ, ਪਟਿਆਲੇ ਇੰਨੀਆਂ ਵਧੀਆ ਵਧੀਆ ਦੁਕਾਨਾਂ ਨੇ, ਹੈ ਨਾ, ਉਹ ਸਾਰੀਆਂ ਛੱਡ ਕੇ ਇੱਕ ਪਿੰਡ ਦੇ ਵਿੱਚ ਆਏ ਨੇ ਦੀਪਕ ਟੈਲੀਕੋਮ 'ਤੇ ਮਾਣ ਰੱਖਿਆ ਇਹਨਾਂ ਨੇ, ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ। ਹਾਂਜੀ ਬਾਬਾ ਜੀ, ਕਿਵੇਂ ਲੱਗਿਆ ਜੀ ਇੱਥੇ ਆ ਕੇ ਤੁਹਾਨੂੰ? ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅਸੀਂ ਦੀਪ ਕਬੀਰ ਬਹੁਤ ਚੰਗੇ ਸੁਭਾਅ ਦੇ ਨੇ, ਸਿੰਘਾਂ ਨੇ ਦੱਸਿਆ ਸੀ ਆਪਾਂ ਫੋਨ ਉਹਨਾਂ ਕੋਲ ਦੇਖਣ ਜਾਈਏ ਅਤੇ ਬਹੁਤ ਚੰਗਾ ਵਧੀਆ ਸੁਭਾਅ ਅਤੇ ਵਧੀਆ ਚੀਜ਼ ਦਿੰਦੇ ਨੇ। ਸੋ ਇਹਨਾਂ ਨੇ ਅੱਜ ਸਾਨੂੰ ਵਿਸ਼ਵਾਸ ਵੀ ਦਵਾਇਆ ਹੈ, ਵਧੀਆ ਫੋਨ ਦਿੱਤਾ ਹੈ ਅਤੇ ਮਿਲ ਕੇ ਬਹੁਤ ਚੰਗਾ ਲੱਗਿਆ ਜੀ ਇਹਨਾਂ ਨੂੰ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਜੈ ਮਾਤਾ ਦੀ, ਜੈ ਮਾਤਾ ਦੀ ਜੀ।